ਪੀਰੀ ਫਕੀਰੀ ਰੰਗ ਚੈਨਲ ਦੇਖ ਰਹੀਆਂ ਸਾਰੀਆਂ ਸੰਗਤਾਂ ਨੂੰ ਜੈ ਪੀਰਾਂ ਦੀ, ਜੈ ਮਸਤਾਂ ਦੀ। ਦੋਸਤੋ, ਅੱਜ ਦੀ ਜੋ ਵੀਡੀਓ ਅਸੀਂ ਤੁਹਾਨੂੰ ਦੇਣ ਜਾ ਰਹੇ ਹਾਂ, ਅੱਜ ਦੀ ਵੀਡੀਓ ਜੋ ਤੁਹਾਡੀ ਸੇਵਾ ਦੇ ਵਿੱਚ ਲੈ ਕੇ ਅਸੀਂ ਹਾਜ਼ਰ ਹੋਏ ਹਾਂ, ਇਹ ਵੀਡੀਓ ਕਣਕ ਦੇ ਦਾਣੇ ਉੱਤੇ ਕਣਕ ਕੱਢਣ ਦੀ ਹੈ। ਤਾਂ ਦੋਸਤੋ, ਤੁਹਾਡੀ ਮੰਗ ਸੀਗੀ, ਸਾਨੂੰ ਮੈਸੇਜ ਤੁਸੀਂ ਕੀਤਾ ਸੀ ਕਿਸੇ ਨੇ ਕਿ ਕਣਕ ਦੇ ਦਾਣੇ ਉੱਤੇ ਕਣਕ ਕੱਢਣ ਦੀ ਵੀਡੀਓ ਬਣਾਓ। ਅਤੇ ਅੱਜ ਤੁਹਾਨੂੰ ਅਸੀਂ ਕਣਕ ਦੇ ਦਾਣੇ ਉੱਤੇ ਕਣਕ ਕੱਢਣ ਦੀ ਪੂਰੀ ਵਿਧੀ ਦੱਸਾਂਗੇ। ਅਤੇ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਦੇਖ ਲੈਣਾ ਜੀ। ਪਹਿਲਾਂ ਜਿਹੜੇ ਸਾਡੇ ਚੈਨਲ ਉੱਤੇ ਨਵੇਂ ਆਏ ਨੇ, ਉਹਨਾਂ ਨੂੰ ਸਾਡੀ ਗੁਜ਼ਾਰਿਸ਼ ਹੈ ਕਿ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਕੇ ਜਾਇਓ, ਘੰਟੀ ਵਾਲੇ ਬਟਨ ਨੂੰ ਵੀ ਦਬਾ ਕੇ ਜਾਇਓ, ਤਾਂ ਕਿ ਆਉਣ ਵਾਲੀਆਂ ਵੀਡੀਓ ਤੁਹਾਨੂੰ ਸਭ ਤੋਂ ਪਹਿਲਾਂ ਮਿਲਦੀਆਂ ਹੋਣਗੀਆਂ ਜੀ। ਹੁਣ ਗੱਲ ਕਰਦੇ ਹਾਂ ਜੀ ਕਣਕ ਦੇ ਦਾਣੇ ਉੱਤੇ ਕਣਕ ਕੱਢਣ ਦੀ ਵਿਧੀ ਦੀ। ਤਾਂ ਦੋਸਤੋ, ਮੈਂ ਤੁਹਾਨੂੰ ਦੱਸਾਂ ਕਿ ਇਹ ਜਿਹੜੀ ਕਣਕ ਦੇ ਉੱਤੇ, ਜਿਹੜੀ ਕਣਕ ਦੇ ਦਾਣੇ ਉੱਤੇ ਕਣਕ ਕੱਢਣ ਦੀ ਵਿਧੀ ਹੈ, ਇਹ ਜਿਹੜੀ ਵਿਧੀ ਆ ਬਹੁਤ ਜ਼ਬਰਦਸਤ ਵਿਧੀ ਆ। ਇਹ ਜਿਹੜੀਆਂ ਵਿਧੀਆਂ ਹੁੰਦੀਆਂ, ਇਹ ਤੁਹਾਨੂੰ ਦੱਸਣ ਲੱਗੀਆਂ, ਇਹ ਗੁਪਤ ਵਿਧੀਆਂ ਆ। ਇਹ ਗੁਪਤ ਵਿਧੀਆਂ ਸਾਨੂੰ ਬੜੀ ਮੁਸ਼ਕਲ ਨਾਲ ਪ੍ਰਾਪਤ ਹੋਈਆਂ ਸੀ, ਸਾਨੂੰ ਕੋਈ ਦੱਸਦਾ ਵੀ ਨਹੀਂ ਸੀਗਾ। ਜਦੋਂ ਅਸੀਂ ਲਈਆਂ ਸੀਗੀਆਂ, ਸਾਨੂੰ ਕੋਈ ਨਹੀਂ ਸੀ ਦੱਸਦਾ ਜਲਦੀ, ਪਰ ਅੱਜ ਦੇ ਟਾਈਮ ਦੇ ਵਿੱਚ ਯੂਟਿਊਬ ਦੇ ਉੱਤੇ ਕੋਈ ਪਾਉਂਦਾ ਵੀ ਨਹੀਂ ਗਾ। ਪਰ ਅਸੀਂ ਤੁਹਾਨੂੰ ਦੱਸਿਆ ਕਿ ਅਸੀਂ ਹਰ ਇੱਕ ਵੀਡੀਓ ਤੁਹਾਨੂੰ ਦੇਵਾਂਗੇ, ਸਾਰੀਆਂ ਵੀਡੀਓ, ਅਸੀਂ ਹਰ ਇੱਕ ਚੀਜ਼ ਦੀ ਵੀਡੀਓ ਤੁਹਾਨੂੰ ਦੇ ਸਕਦੇ ਹਾਂ, ਸਾਡੇ ਤੋਂ ਹਰ ਇੱਕ ਚੀਜ਼ ਅਵੇਲੇਬਲ ਹੈ, ਪਰ ਅਸੀਂ ਹੌਲੀ ਹੌਲੀ ਸਾਰਾ ਕੁਝ ਤੁਹਾਨੂੰ ਦੇਵਾਂਗੇ। ਅਤੇ ਦੋਸਤੋ, ਜਿਹੜੀ ਇਹ ਕਣਕ ਦੀ ਦਾਣੇ ਉੱਤੇ ਵਿਧੀ ਹੈ, ਜਿਹੜੀ ਕਣਕ ਕੱਢਣ ਦੀ ਵਿਧੀ ਹੈ, ਇਹ ਅਸੀਂ ਆਪ ਵਰਤੋਂ ਕਰਦੇ ਹਾਂ, ਇਹਦੀ ਬਹੁਤ ਹੀ ਜ਼ਬਰਦਸਤ ਵਿਧੀ ਹੈ। ਅਤੇ ਸਾਨੂੰ ਇਹ ਬਹੁਤ ਕਿਸੇ ਪਹੁੰਚੇ ਹੋਏ ਸੰਤਾਂ ਨੇ ਸਾਨੂੰ ਇਹ ਦੱਸਿਆ ਸੀਗਾ, ਅਤੇ ਉਸੀ ਵਿਧੀ ਨਾਲ ਜਦੋਂ ਅਸੀਂ ਆਪ ਦੇਖੀਦਾ ਹੈ ਅਤੇ ਆਪ ਚੈੱਕ ਕਰੀਦਾ ਹੈ, ਤਾਂ ਸਭ ਕੁਝ ਕਣਕ ਦੇ ਦਾਣੇ ਉੱਤੇ ਪਤਾ ਚੱਲਦਾ ਹੈ। ਪਰ ਇਹ ਜਿਹੜੀ ਵਿਧੀ ਹੈ ਕਣਕ ਦੇ ਦਾਣੇ ਉੱਤੇ ਕੱਢਣ ਦੀ, ਕਣਕ ਕੱਢਣ ਦੀ ਇਹ ਜਿਹੜੀ ਵਿਧੀ ਹੈ, ਇਹਦੇ ਵਿੱਚ ਤੁਹਾਡਾ ਪਹਿਲਾਂ ਭਗਤੀ ਕੀਤੀ ਹੋਣੀ ਚਾਹੀਦੀ ਹੈ ਤੁਹਾਡੀ, ਜ਼ਿਆਦਾ ਤੁਸੀਂ ਕੋਈ ਨਾ ਕੋਈ ਸਿੱਧ ਮੰਤਰ ਕੀਤਾ ਹੋਵੇ, ਸਿੱਧ ਗੱਦੀ 'ਤੇ ਬੈਠੇ ਹੋ, ਫਿਰ ਤੁਸੀਂ ਇਹ ਕਣਕ ਦੇ ਦਾਣੇ ਉੱਤੇ ਦੇਖ ਸਕਦੇ ਹੋ, ਕਣ ਕੱਢ ਸਕਦੇ ਹੋ, ਠੀਕ ਹੈ ਜੀ। ਪਰ ਬਹੁਤ ਆਸਾਨ ਤਰੀਕੇ ਨਾਲ ਦਿਖ ਜਾਂਦਾ, ਪਤਾ ਚੱਲ ਜਾਂਦਾ ਆ, ਕੋਈ ਜ਼ਿਆਦਾ ਕਹਿ ਲਓ ਕਿ ਇਹਦੇ 'ਚ ਵਿੰਗ ਵਾਲੇ ਨਹੀਂ ਹੈਗੇ। ਜਿਹਨੂੰ ਤੁਸੀਂ ਮੰਨਦੇ ਹੋ, ਜਿਹਨਾਂ ਦੀ ਤੁਸੀਂ ਗੱਦੀ ਚਲਾਉਂਦੇ ਹੋ, ਉਹਨਾਂ ਦਾ ਆਸ਼ੀਰਵਾਦ ਲੈ ਕੇ, ਉਹਨਾਂ ਦਾ ਨਾਂ ਲੈ ਕੇ ਤੁਸੀਂ ਇਹਤੇ ਕਣਕ ਦੇ ਦਾਣੇ ਉੱਤੇ ਜਿਹੜਾ ਆ ਕਣ ਕੱਢ ਸਕਦੇ ਹੋ। ਪਰ ਦੋਸਤੋ, ਇਹਦੇ ਵਿੱਚ ਹੁਣ ਤੁਹਾਨੂੰ ਮੈਂ ਪਹਿਲਾਂ ਦੱਸਾਂ ਕਿ ਜਿੱਦਾਂ ਤੁਸੀਂ ਕਿਸੇ ਦੀ ਵੀ ਸੇਵਾ ਕਰਦੇ ਹੋ, ਚਾਹੇ ਮੰਨ ਲਓ ਤੁਸੀਂ ਲੱਖਦਾਤਾ ਸਰਕਾਰਾਂ ਦੀ ਕਰਦੇ ਹੋ, ਗੌਂਸ ਪਾਕ ਸਰਕਾਰ ਜੀ ਦੀ ਕਰਦੇ ਹੋ, ਬਾਬਾ ਬਾਲਕ ਨਾਥ ਜੀ ਦੀ ਗੱਦੀ ਚੱਲਦੀ ਹੋਵੇ, ਤੁਹਾਡੇ ਕਿਸੇ ਵੀ ਦੇਵੀ ਦੇਵਤੇ ਦੀ ਗੱਦੀ ਹੋਵੇ ਜਾਂ ਪੀਰਾਂ ਫਕੀਰਾਂ ਦੀ ਗੱਦੀ ਚੱਲਦੀ ਹੋਵੇ, ਫਿਰ ਵੀ ਤੁਹਾਨੂੰ ਇਸ ਵਿਧੀ ਨੂੰ ਜ਼ਰੂਰ ਸਿੱਖ ਲੈਣਾ ਚਾਹੀਦਾ। ਕਿਉਂ ਕਰਕੇ ਜਦੋਂ ਬੰਦਾ ਭਲਾ ਕਰਨ ਲੱਗਦਾ, ਦੂਸਰਿਆਂ ਦੀ ਗੱਦੀ 'ਤੇ ਬੈਠਦਾ ਹੈ, ਜਦੋਂ ਗੱਦੀ 'ਤੇ ਬੈਠ ਕੇ ਜਦੋਂ ਦੂਸਰਿਆਂ ਦਾ ਦੇਖਦਾ ਹੈ, ਤਾਂ ਬਹੁਤ ਆਸਾਨ ਜਿਹਾ ਤਰੀਕੇ ਨਾਲ ਪਤਾ ਚੱਲ ਜਾਂਦਾ ਹੈ, ਠੀਕ ਹੈ। ਅਤੇ ਕਿਸੇ ਤੋਂ ਪੁੱਛਣ ਦੀ ਵੀ ਲੋੜ ਨਹੀਂ ਪੈਂਦੀ, ਜਾਣ ਦੀ ਨਹੀਂ ਲੋੜ ਪੈਂਦੀ। ਜੇ ਤੁਸੀਂ ਘਰ ਦੇ ਵਿੱਚ ਪੂਜਾ ਪਾਠ ਕਰਦੇ ਹੋ, ਘਰ ਦੇ ਵਿੱਚ ਤੁਸੀਂ ਜੋਤ ਕਰਦੇ ਹੋ, ਖੰਡ ਜੋਤ ਕਰਦੇ ਹੋ ਜਾਂ ਚਿਰਾਗ ਬੱਤੀ ਕਰਦੇ ਹੋ, ਤੁਹਾਡਾ ਮਨ ਹੈਗਾ, ਤੁਸੀਂ ਦਾਤਿਆਂ ਦਾ ਨਾਂ ਲੈ ਕੇ ਵੀ ਤੁਸੀਂ ਵੀ ਦੇਖ ਸਕਦੇ ਹੋ, ਕੋਈ ਐਸੀ ਗੱਲ ਨਹੀਂ, ਉਹਨਾਂ ਦਾ ਨਾਂ ਲੈ ਕੇ ਅਤੇ ਪਤਾ ਚੱਲ ਜਾਏਗਾ ਤੁਹਾਨੂੰ ਵੀ, ਕੋਈ ਐਸੀ ਗੱਲ ਨਹੀਂ। ਜੇ ਤੁਸੀਂ ਗੱਦੀ ਨਹੀਂ ਵੀ ਲਾਉਂਦੇ ਤਾਂ ਵੀ ਕੋਈ ਦਿੱਕਤ ਨਹੀਂ, ਪਰ ਸੇਵਾ ਇਹਦੇ ਵਿੱਚ ਤੁਹਾਨੂੰ ਦੱਸਿਆ ਵੀ ਬੰਦਾ ਭਗਤੀ ਵਾਲਾ ਹੋਣਾ ਚਾਹੀਦਾ, ਸੇਵਾ ਕੋਈ ਕਰਦਾ ਹੋਵੇ, ਪਾਠ ਪੂਜਾ ਕਰਦੀ ਕਰਦਾ ਹੋਵੇ ਜਾਂ ਕਰਦੀ ਹੋਵੇ, ਇਹ
ਔਰਤਾਂ ਵੀ ਦੇਖ ਸਕਦੀਆਂ, ਕੋਈ ਐਸੀ ਗੱਲ ਨਹੀਂ, ਕੋਈ ਲੰਬੀ ਵਿਧੀ ਨਹੀਂ ਹੈਗੀ। ਠੀਕ ਆ ਜੀ, ਤੁਸੀਂ ਹੁਣ ਪਹਿਲਾਂ ਮੈਂ ਤੁਹਾਨੂੰ ਵਿਧੀ ਦੱਸ ਦੇਵਾਂ ਕਿੱਦਾਂ ਕੀ ਕਰਨਾ। ਤੁਸੀਂ ਕੀ ਕਰਨਾ, ਕਣਕ ਦੇ ਦਾਣੇ ਲੈ ਲੈਣੇ, ਕਣਕ 100 ਕੁ ਗ੍ਰਾਮ ਕਣਕ ਲੈ ਲੈਣੀ ਹੈ, ਜ਼ਿਆਦਾ ਨਹੀਂ ਲੈਣੀ। 100 ਗ੍ਰਾਮ ਕਣਕ ਦੇ ਉੱਤੇ ਤੁਸੀਂ ਤੁਹਾਨੂੰ ਜਿਹੜਾ ਜੇ ਤੁਹਾਨੂੰ ਗੁਰੂ ਮੰਤਰ ਮਿਲਿਆ ਕਿਸੇ ਤੋਂ, ਸ਼ਬਦ ਮਿਲਿਆ, ਤਾਂ ਤੁਸੀਂ ਉਸ ਕਣਕ ਦੇ ਦਾਣੇ ਉੱਤੇ 108 ਵਾਰ ਉਸ ਮੰਤਰ ਦਾ ਉਚਾਰਨ ਕਰਨਾ, ਜਾਪ ਕਰਨਾ। ਕਲਮਾ ਜਿਹੜਾ ਵੀ ਤੁਸੀਂ ਪੜ੍ਹਿਆ ਹੋਵੇ ਪਹਿਲਾਂ, ਸਿੱਧ ਕੀਤਾ ਹੋਵੇ, ਉਹ ਵੀ ਕਲਮਾ ਤੁਸੀਂ ਇੱਥੇ ਪੜ੍ਹ ਸਕਦੇ ਹੋ। ਠੀਕ ਹੈ, ਕਰਨਾ 100, ਜਿੱਦਾਂ ਤੁਹਾਨੂੰ ਦੱਸਿਆ 108 ਵਾਰ ਤੁਸੀਂ ਮੰਤਰ ਜਾਪ ਇਹਦੇ 'ਤੇ ਜਾਂ ਕਲਮਾ ਪੜ੍ਹ ਕੇ ਇਸ ਜਿਹੜੇ ਦਾਣੇ ਆ ਇਹ ਆਪਣੇ ਜਿੱਥੇ ਜਿਹਨਾਂ ਨੂੰ ਵੀ ਤੁਸੀਂ ਮੰਨਦੇ ਹੋ, ਜਿਹਨਾਂ ਦੀ ਸੇਵਾ ਕਰਦੇ ਹੋ, ਜਿਹਨਾਂ ਦਾ ਵੀ ਤੁਸੀਂ ਜਾਪ ਕੀਤਾ, ਉਹਨਾਂ ਦੇ ਚਰਨਾਂ 'ਚ ਰੱਖ ਲੈਣੀ ਹੈ ਕਣਕ, ਕਿਸੇ ਕੌਲੀ 'ਚ ਪਾ ਕੇ ਰੱਖ ਲੈਣੀ ਆ। ਉੱਥੇ ਤੁਸੀਂ ਫਰਿਆਦ ਬੇਨਤੀ ਇਹ ਕਰਨੀ ਹੈ ਕਿ ਦਾਤਾ ਜੀ ਵੀ ਅਸੀਂ ਤੁਹਾਡੀ, ਅਸੀਂ ਹਰ ਚੀਜ਼ ਨੂੰ ਇੱਥੇ ਦੇਖਣ ਵਾਸਤੇ ਇਸ ਕਣਕ ਦੇ ਦਾਣਿਆਂ ਉੱਤੇ ਅਸੀਂ ਕਣ ਕੱਢਣਾ, ਦੇਖਣਾ, ਸਾਰਾ ਕੁਛ ਕਰਨਾ ਆ, ਤੁਸੀਂ ਇਹਦੇ ਵਿੱਚ ਸਾਡੀ ਮਦਦ ਕਰੋ, ਸਹਾਈ। ਫਿਰ ਤੁਸੀਂ ਕੀ ਕਰਨਾ, ਜਦੋਂ ਵੀ ਕੋਈ ਤੁਹਾਡੇ ਕੋਲ ਆਉਂਦਾ, ਕੋਈ ਤੁਹਾਡੇ ਤੋਂ ਗੱਲ ਪੁੱਛਦਾ ਹੈ, ਉਹ ਕਣਕ ਦੇ ਦਾਣੇ ਤੁਸੀਂ ਚੱਕ ਲੈਣੇ ਮੁੱਠੀ ਦੇ ਵਿੱਚ, ਉਹਦਾ ਸਵਾਲ ਪੁੱਛ ਲੈਣਾ ਕੀ ਆ। ਤੁਸੀਂ ਦੋ ਚੀਜ਼ਾਂ ਦੇ ਵਿੱਚ ਹੀ ਇਹਦਾ ਰਿਜ਼ਲਟ ਸਾਹਮਣੇ ਆ ਜਾਣਾ, ਹਾਂ ਜਾਂ ਨਾ ਹੀ ਹੁੰਦੀ। ਜਦੋਂ ਤੁਸੀਂ ਥੋੜ੍ਹੇ ਜਿਹੇ ਕਣਕ ਦੇ ਦਾਣੇ ਚੱਕੇ ਆ ਤਾਂ ਸਰਕਾਰਾਂ ਨੂੰ ਕਹਿ ਦੇਣਾ ਜੇ ਜੋਟੇ 'ਚ ਖੇਡੇਗਾ ਤਾਂ ਇਹ ਚੀਜ਼ ਹੋਣੀ ਚਾਹੀਦੀ, ਇਹ ਚੀਜ਼ ਹੋਵੇ, ਜੇ ਸਿੰਗਲ 'ਚ ਖੇਡੇ ਤਾਂ ਨਾ ਹੋਵੇ। ਜਦੋਂ ਤੁਸੀਂ ਇਹ ਗੱਲ ਕੀਤੀ ਅਤੇ ਕਰਨਾ, ਜਦੋਂ ਦੇਖਣਾ ਦਾਣੇ, ਜੇ ਜੋਟੇ 'ਚ ਹੋਏ ਤਾਂ ਸਮਝ ਲਓ ਤੁਹਾਡਾ ਕੰਮ ਫਤਿਹ ਹੈ। ਉਹਦੇ 2 ਜਾਂ 3 ਵਾਰ ਤੁਸੀਂ ਦੇਖ ਕੇ ਜਿਹੜਾ ਵੀ ਰਿਜ਼ਲਟ ਨਿਕਲਦਾ ਆ ਉਹਨੂੰ ਕਲੀਅਰ ਕਰ ਦੇਣਾ, ਇਹ 'ਚ ਪਤਾ ਲੱਗ ਜਾਂਦਾ ਇਹ ਕਣਕ ਪੂਰੀ ਤਰ੍ਹਾਂ ਨਿਕਲਦਾ ਇਹ 'ਚੋਂ। ਅਤੇ ਇਹੀ ਵਿਧੀ ਆ, ਬਹੁਤ ਆਸਾਨ ਅਤੇ ਸਰਲ ਵਿਧੀ ਆ, ਇਹ ਕੋਈ ਦੱਸਦਾ ਨਹੀਂ ਹੁੰਦਾ। ਅਸੀਂ ਵੀ ਇਸ ਵਿਧੀ ਲਈ ਬਹੁਤ ਹਾੜੇ ਕੱਢੇ ਸੀਗੇ, ਪਰ ਤੁਹਾਨੂੰ ਅਸੀਂ ਸੌਖੇ ਜਿਹੇ ਤਰੀਕੇ ਨਾਲ ਸਮਝਾਤਾ ਆ, ਦੱਸ ਦਿੱਤਾ, ਕੋਈ ਇਹਦੇ 'ਚ ਅਸੀਂ ਵਿੰਗ ਵਾਲ ਵੀ ਨਹੀਂ ਰੱਖੇ। ਕਿਉਂ ਕਰਕੇ ਸਾਨੂੰ ਜਦੋਂ ਸਾਨੂੰ ਜਿਨ੍ਹਾਂ ਨੇ ਦਿੱਤੀ ਸੀ ਸਾਨੂੰ, ਉਹਨਾਂ ਨੇ ਇੱਕਦਮ ਤਾਂ ਨਹੀਂ ਦਿੱਤੀ, ਸਾਨੂੰ ਬੜਾ ਪੁੱਛ ਪੜਤਾਲ ਕੀਤੀ, ਕੀ ਕਰਦੇ ਹੋ, ਕਿਹੜੀ ਗੱਦੀ ਲਾਉਂਦੇ ਹੋ, ਕੀ ਕਰਦੇ ਫਲਾਨਾ, ਕੀ ਬੜਾ ਕੁਛ ਸਵਾਲ ਜਵਾਬ ਹੋਏ ਸੀ। ਬੜਾ ਕੁਛ ਕਰਨ ਤੋਂ ਬਾਅਦ ਸੋਚ ਵਿਚਾਰ ਕਰਕੇ ਸਮਾਂ ਪਾ ਕੇ ਸਾਨੂੰ ਇਸ ਚੀਜ਼ ਨੂੰ ਮਿਲਿਆ, ਸਾਨੂੰ ਮਿਲੀ ਸੀ, ਪਰ ਅਸੀਂ ਤੁਹਾਡੇ ਲਈ ਕੋਈ ਸਮਾਂ ਨਹੀਂ ਪਾਇਆ, ਕੋਈ ਤੁਹਾਡੇ ਲਈ ਅਸੀਂ ਉਹ ਨਹੀਂ ਕਿਹਾ ਵੀ ਤੁਸੀਂ ਕੌਣ ਹੋ, ਕਿੱਥੋਂ ਆਏ। ਸਾਡੇ ਚੈਨਲ 'ਤੇ ਗੱਦੀਆਂ ਵਾਲੇ ਵੀ ਹੈ, ਦੂਸਰੇ ਵੀ ਆਮ ਲੋਕ ਜਿਹੜੇ ਵਿਚਾਰੇ ਹਜੇ ਭਗਤੀ ਸ਼ੁਰੂ ਕਰ ਰਹੇ ਨੇ, ਆਪਣੀ ਚਲਾਉਣਾ ਚਾਹੁੰਦੇ ਨੇ, ਉਹਨਾਂ ਨੂੰ ਵੀ ਬੜੀ ਮਦਦ ਮਿਲਦੀ ਆ। ਅਤੇ ਦੋਸਤੋ, ਕਿਸੇ ਗੱਲ ਦੀ ਘਬਰਾਉਣ ਦੀ ਲੋੜ ਨਹੀਂ ਕਿ ਜਿਹੜਾ ਤੁਹਾਨੂੰ ਕਣਕ ਅਤੇ ਕਣ ਕੱਢਣ ਦੀ ਵਿਧੀ ਦੱਸੀ, ਇਹ 'ਚ ਕਣ ਐਨ ਸਿੱਧਾ ਸਪੱਸ਼ਟ ਨਿਕਲਦਾ, ਕਲੀਅਰ ਨਿਕਲਦਾ, ਘਬਰਾਉਣਾ ਨਹੀਂ ਕਿਸੇ ਗੱਲ ਤੋਂ। ਬਹੁਤ ਜ਼ਬਰਦਸਤ ਵਿਧੀ ਹੈ, ਬਸ ਕਣਕ ਦੇ ਦਾਣੇ ਸਿੱਧ ਕਰਕੇ ਰੱਖ ਲੈਣੇ ਆ, ਜਦੋਂ ਵੀ ਕੋਈ ਪ੍ਰਯੋਗ ਕਰਨਾ ਹੋਵੇ, ਵਰਤਣਾ ਹੋਵੇ ਤਾਂ ਦੇਖ ਕੇ ਕਰ ਸਕਦੇ। ਅਤੇ ਇਹੀ ਵੀਡੀਓ ਸੀ, ਜੇ ਚੰਗੀ ਲੱਗੀ ਆ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦੇਣਾ ਜੀ। ਜੈ ਪੀਰਾਂ ਦੀ, ਜੈ ਮਸਤਾਂ ਦੀ, ਮਾਲਕ ਭਲੀ।